दोस्तों जे तुसी थोड़ा बहुत इंटरनेट की जानकारी रखते हो जां थोड़ा बहुत कंप्यूटर चलाना आता है तुहानू तां तुसी इह रुजगार अपना घरे बैठे ऑनलाइन सैटअप कर सकते हो। दोस्तों जिवें कि आपां सेवा केंद्र भी जाने जां सीएससी सेंटर भी जाने उत्थे जिहड़े जिहड़े कम आपां पैसे दे के करवाने ते उह सेम कम तुसी घरे बैठे अपने पीसी ते कर सकते हो ते तुहाडे कोल जे कोई कस्टमर आउंदा है तां उसदा कम भी वाजिब रेट उत्ते तुसी कर सकते हो ते अपने रुजगार कमा सकते हो। ਤੇ ਐਗਜ਼ਾਮਪਲ ਦੇ ਤੌਰ ਤੇ ਜੇ ਤੁਸੀਂ ਇਹ ਨਾਗਰਿਕ ਸੇਵਾ ਕੇਂਦਰ ਤੇ ਆਪਣੀ ਜੋ ਆਈਡੀ ਬਣਾ ਲੈਂਦੇ ਹੋ ਫ੍ਰੀ ਵਿੱਚ ਤਾਂ ਤੁਸੀਂ ਇਹ ਕੰਮ ਜਿਹੜੇ ਇਹਨਾਂ ਨੇ ਮੈਂਸ਼ਨ ਕੀਤੇ ਹੋਏ ਤੁਸੀਂ ਕਰ ਸਕਦੇ ਹੋ। ਤੇ ਜੇ ਲੋਕ ਤੁਹਾਡੇ ਕੋਲ ਕਸਟਮਰ ਦੇ ਰੂਪ ਵਿੱਚ ਆਉਂਦੇ ਆ ਤੇ ਉਹਨਾਂ ਦੇ ਥਰੂ ਵੀ ਤੁਸੀਂ ਆਪਣੀ ਜੋ ਇਨਕਮ ਹੈ ਉਹ ਕ੍ਰੀਏਟ ਕਰ ਸਕਦੇ ਹੋ। ਓਕੇ ਦੋਸਤੋ ਜੇ ਆਹ ਤੁਹਾਡੇ ਕੋਲ ਸਾਰੀ ਲਿਸਟ ਤੁਹਾਨੂੰ ਸ਼ੋ ਕਰ ਰਹੀ ਹੈ ਸਾਹਮਣੇ ਪੀਸੀ ਦੇ, ਤੁਸੀਂ ਇਸ ਸਾਈਟ ਤੇ ਆਈਡੀ ਬਣਾ ਕੇ ਮੋਬਾਈਲ ਰੀਚਾਰਜ ਕਰ ਸਕਦੇ ਹੋ। ਜਿਹੜਾ ਆਪਣੇ ਟੀਵੀ ਦਾ ਰੀਚਾਰਜ ਹੁੰਦਾ ਡਿਸ਼ ਟੀਵੀ ਦਾ ਉਹ ਰੀਚਾਰਜ ਕਰ ਸਕਦੇ ਹੋ। ਹੋਰ ਜਿਹੜਾ ਇੰਟਰਨੈਟ ਵਗੈਰਾ ਸਾਰਾ ਕੁਝ ਮਤਲਬ ਕਿ ਜਿਹੜੇ ਜਿਹੜੇ ਆਪਾਂ ਸੇਵਾ ਕੇਂਦਰ ਜਾਂ ਸੀਐਸਸੀ ਸੈਂਟਰ ਤੇ ਕਰਵਾ ਸਕਦੇ ਹਾਂ ਉਹ ਸਾਰੇ ਕੰਮ ਆਪਾਂ ਇਸ ਸਾਈਟ ਉੱਪਰ ਕਰ ਸਕਦੇ ਹਾਂ ਤੇ ਆਪਣੀ ਆਜੀਵਿਕਾ ਕਮਾ ਸਕਦੇ ਹਾਂ। ਤੋ ਇਸ ਤੋਂ ਇਲਾਵਾ ਮੇਨ ਮੇਨ ਹੋਰ ਗੱਲ ਤੁਹਾਨੂੰ ਦੱਸਾਂ ਤਾਂ ਤੁਸੀਂ ਬਰਥ ਸਰਟੀਫਿਕੇਟ ਜਿਹੜੇ ਵੀ ਆਪਣੇ ਜ਼ਰੂਰੀ ਸਰਟੀਫਿਕੇਟ ਹੁੰਦੇ ਨੇ ਕਾਸਟ ਸਰਟੀਫਿਕੇਟ ਡੈਥ ਸਰਟੀਫਿਕੇਟ ਜਿਹੜੇ ਵੀ ਤੁਸੀਂ ਚਾਹੋ ਪੈਨ ਕਾਰਡ ਵੋਟਰ ਕਾਰਡ ਇਸ ਸਾਈਟ ਉੱਪਰ ਬਣਾ ਸਕਦੇ ਹੋ ਅਤੇ ਜਿਹੜੇ ਵਾਜਿਬ ਰੇਟ ਨੇ ਆਪਣੇ ਕਸਟਮਰ ਤੋਂ ਉਹ ਪ੍ਰਾਪਤ ਕਰ ਸਕਦੇ ਹੋ। ਓਕੇ ਦੋਸਤੋ ਬਾਕੀ ਤੁਸੀਂ ਇੱਕ ਵਾਰ ਚੰਗੀ ਤਰ੍ਹਾਂ ਇਹ ਚੈੱਕ ਕਰ ਲਿਓ ਜਿਹੜਾ ਵੀ ਤੁਹਾਨੂੰ ਕੰਮ ਦੀ ਜ਼ਰੂਰਤ ਹੈ। ਐਗਜ਼ਾਮਪਲ ਦੇ ਤੌਰ 'ਤੇ ਮੇਰੇ ਕੋਲ ਕੋਈ ਗਾਹਕ ਆਉਂਦਾ ਹੈ ਤਾਂ ਉਹ ਕਹਿੰਦਾ ਮੈਨੂੰ ਸਰਟੀਫਿਕੇਟ ਬਣਾਉਣਾ ਆਪਣਾ ਬਰਥ ਸਰਟੀਫਿਕੇਟ ਬਣਵਾਉਣਾ ਹੈ ਕੀ ਕੀ ਕਰਨਾ ਪਊਗਾ, ਤਾਂ ਮੈਂ ਇਸ ਸਾਈਟ ਉੱਪਰ ਲੌਗਇਨ ਕਰੂੰਗਾ ਅਤੇ ਇੱਥੇ ਇਹਨਾਂ ਨੇ ਆਪਸ਼ਨ ਦਿੱਤਾ ਹੋਇਆ ਹੈ ਕਿ ਬਰਥ ਸਰਟੀਫਿਕੇਟ ਜਾਂ ਕਾਸਟ ਸਰਟੀਫਿਕੇਟ ਜਿਹੜਾ ਵੀ ਮੇਰੇ ਕੋਲ ਕਸਟਮਰ ਆ ਕੇ ਕਹਿੰਦਾ ਮੈਂ ਉਸ ਬਣਾਉਣਾ ਅਤੇ ਜਿਹੜੀ ਇਸਦੀ ਫੀਸ ਆ ਉਹ ਅਪਲਾਈ ਕਰਨਾ ਅਤੇ ਆਪਣੇ ਚਾਰਜਸ ਜੋ ਮੈਂ ਕੰਮ ਕੀਤਾ ਹੈ ਪੀਸੀ ਤੇ ਉਸ ਦੇ ਮੈਂ 50-100 ਰੁਪਏ ਉਹਨਾਂ ਤੋਂ ਲੈ ਲੈਣਾ। ਤੇ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਇਹ ਤੁਸੀਂ ਅਪਲਾਈ ਕਿਵੇਂ ਕਰ ਸਕਦੇ ਹੋ, ਇਸਦਾ ਰਜਿਸਟ੍ਰੇਸ਼ਨ ਆਨਲਾਈਨ ਕਿਵੇਂ ਕਰ ਸਕਦੇ ਹੋ ਘਰੇ ਬੈਠੇ। ਉਹ ਦੋਸਤੋ ਜਦੋਂ ਆਪਾਂ ਇਹਨਾਂ ਦੀ ਆਫੀਸ਼ੀਅਲ ਸਾਈਟ ਉੱਪਰ ਨਾਗਰਿਕ ਸੇਵਾ ਕੇਂਦਰ .in ਤੇ ਆਪਾਂ ਚਲੇ ਜਾਵਾਂਗੇ ਤਾਂ ਇਸ ਤਰ੍ਹਾਂ ਦਾ ਇੰਟਰਫੇਸ ਆਪਣੇ ਸਾਹਮਣੇ ਓਪਨ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਆਪਾਂ ਜਦੋਂ ਆਨਲਾਈਨ ਰਜਿਸਟ੍ਰੇਸ਼ਨ ਤੇ ਕਲਿੱਕ ਕਰਾਂਗੇ ਤਾਂ ਤੁਹਾਡੇ ਸਾਹਮਣੇ ਇਹ ਪੇਜ ਸੇਮ ਟੂ ਸੇਮ ਇਸ ਤਰ੍ਹਾਂ ਦਾ ਓਪਨ ਹੋ ਜਾਵੇਗਾ। ਤੇ ਇਸ ਤੋਂ ਬਾਅਦ ਆਪਾਂ ਇੱਥੇ ਜਿਹੜਾ ਡਿਟੇਲ ਆਪਾਂ ਭਰਨੀ ਹੁੰਦੀ ਹੈ ਨੇਮ ਮੋਬਾਈਲ ਨੰਬਰ ਈਮੇਲ ਐਡਰੈਸ ਤੇ ਆਪਣਾ ਘਰ ਦਾ ਐਡਰੈਸ ਤੇ ਇਸ ਤੋਂ ਇਲਾਵਾ ਆਪਣਾ ਸਿਟੀ ਸਟੇਟ ਤੇ ਆਪਾਂ ਸਟਾਰਟ ਰਜਿਸਟ੍ਰੇਸ਼ਨ ਤੇ ਕਲਿੱਕ ਕਰ ਦਾਂਗੇ। ਬਾਕੀ ਤੁਹਾਨੂੰ ਇਸ ਪੇਜ ਉੱਪਰ ਜੋ ਨਾਲ ਇਹ ਵੀਡੀਓ ਸ਼ੋ ਕਰ ਰਹੀ ਹੈ ਇਹ ਪੂਰੀ ਮਤਲਬ ਪੂਰੀ ਡਿਟੇਲ ਤੁਹਾਨੂੰ ਇਸ ਵਿੱਚ ਦਿੱਤੀ ਹੋਈ ਹੈ ਅੱਗੇ ਤਾਂ ਪ੍ਰੋਸੈਸ ਕੀ ਹੈ ਕਿਹੜੇ ਕਿਹੜੇ ਆਪਾਂ ਡਾਕੂਮੈਂਟ ਲਗਾਉਣੇ ਨੇ ਤੇ ਕਿਹੜੇ ਕਿਹੜੇ ਆਪਾਂ ਨੂੰ ਜੋ ਸਿਲੈਕਸ਼ਨ ਕਾਲਮ ਸਿਲੈਕਟ ਕਰਨੇ ਨੇ। ਓਕੇ ਦੋਸਤੋ ਜੇ ਤੁਸੀਂ ਭਰਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਜ਼ਰੂਰ ਦੇਖ ਲਓ, ਇਸ ਫੋਰਮ ਦੇ ਨਾਲ ਹੀ ਇਹਨਾਂ ਦੀ ਸਾਈਟ ਉੱਪਰ ਮਿਲ ਜਾਵੇਗੀ। ਓਕੇ ਦੋਸਤੋ ਜੇ ਵੀਡੀਓ 'ਚ ਫਿਰ ਵੀ ਕੋਈ ਪ੍ਰੋਬਲਮ ਹੈ ਤੁਹਾਨੂੰ ਜਾਂ ਕੋਈ ਦਿੱਕਤ ਹੈ ਜੇ ਸਮਝ ਨਹੀਂ ਆ ਰਿਹਾ ਕੁਛ ਤਾਂ ਵੀਡੀਓ ਵਿੱਚ ਕਮੈਂਟ ਕਰੋ, ਮੈਂ ਤੁਹਾਡੀ ਹੈਲਪ ਜ਼ਰੂਰ ਕਰਾਂਗਾ। ਓਕੇ ਦੋਸਤੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ।